ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Balhari Gure Apne Dyohari Sadwar Jin Manas Te Devte Kiye Karat Naal Givar Je So Chanda Ugwe Suraj Chade Hazar ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਆਉਂਦੀ ਰੇ ਤੁਸਾਂ ਦੀ ਪਿਆਰੀ ਮਿੱਠੀ ਯਾਦ ਹੈ ਮਹਾਕਾਲ ਜੀ ਤੁਸਾਂ ਦਾ ਧੰਨਵਾਦ ਹੈ ਸੱਚੇ ਸਾਹਿਬ ਜੀ ਤੁਸਾਂ ਦਾ ਧੰਨਵਾਦ ਹੈ ਮਾਨਸ ਜਨਮ ਮਚਾਉਣੇ ਹਾਂ ਸਵਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਜੀ ਆਉਂਦੀ ਰੇ ਤੁਸਾਂ ਦੀ ਪਿਆਰੀ ਮਿੱਠੀ ਯਾਦ ਹੈ ਮਹਾਕਾਲ ਜੀ ਤੁਸਾਂ ਦਾ ਧੰਨਵਾਦ ਹੈ ਮਹਾਕਾਲ ਜੀ ਤੁਸਾਂ ਦਾ ਧੰਨਵਾਦ ਹੈ ਮਾਨਸ ਜਨਮ ਮਚਾਉਣੇ ਹਾਂ ਸਵਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਇਹ ਜੀ ਤੇਰੀ ਮੇਰ ਬਿਨਾਂ ਤੇਰਾ ਨਾਮ ਆਉਂਦਾ ਨਹੀਂ ਪਾਪਾ ਦੇ ਵਕਾਰਾਂ ਵੱਲੋਂ ਮਨ ਪਾਉਂਦਾ ਨਹੀਂ ਇਹ ਵਿਸ਼ੇ ਤੇ ਵਕਾਰਾਂ ਵੱਲੋਂ ਚਿੱਤ ਪਾਉਂਦਾ ਨਹੀਂ ਉਹ ਜੀ ਦਮ ਦਮ ਘੱਟ ਦਾ ਦਮਾਂਦਾ ਜਾ ਰਿਹਾ ਮੇਰ ਕਰ ਮੇਰਾ ਦੇ ਕਰਨ ਹਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਪਿੰਗਲੇ ਨੂੰ ਪਰਬਤ ਚੜ੍ਹਾਉਣ ਵਾਲਿਆ ਸਾਹਿਬਾ ਪਿੰਗਲੇ ਨੂੰ ਪਰਬਤ ਚੜ੍ਹਾਉਣ ਵਾਲਿਆ ਗੁੰਗਿਆਂ ਤੋਂ ਅਰਥ ਕਰਾਉਣ ਵਾਲਿਆ ਗੁੰਗਿਆਂ ਤੋਂ ਅਰਥ ਕਰਾਉਣ ਵਾਲਿਆ ਕੌਤਕ ਬੇਅੰਤ ਨੇ ਜਾਮਦੇ ਨਾਲ ਲਿਖੇ ਕੌਤਕ ਬੇਅੰਤ ਨੇ ਪਾਰ ਕੋ ਸਾਨੂੰ ਜਿਵੇਂ ਧੰਨਾ ਤਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਇਹ ਜੀ ਜਿਹੜੇ ਚਾਰ ਵੇਦ ਦਾ ਅਰਥ ਕੱਢ ਗਏ ਜਿਹੜੇ ਚਾਰ ਵੇਦ ਦਾ ਅਰਥ ਕੱਢ ਗਏ ਆਇਆ ਹੰਕਾਰ ਲੰਕਾ ਸੁਣੀ ਛੱਡ ਗਏ ਆਇਆ ਹੰਕਾਰ ਲੰਕਾ ਸੁਣੀ ਛੱਡ ਗਏ ਪੌੜਿਓ ਤੂੰ ਛੱਟ ਗਾਜ ਜਪ ਕਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਮੇਰ ਕਰ ਮੇਰਾ ਦੇ ਕਰਨ ਹਾਰਿਆ ਹਰਨੀ ਦੀ ਰੱਖਿਆ ਕਰਨ ਵਾਲਿਆ ਜੀ ਕਦੇ ਹਰਨੀ ਦੀ ਰੱਖਿਆ ਕਰਨ ਵਾਲਿਆ ਬਿਰਦਾਂ ਦੇ
ਸੰਕਟ ਹਰਾਂ ਨੂੰ ਵਾਲਿਆ, ਗਿਰਦਾਂ ਦੇ ਸੰਕਟ ਹਰਾਂ ਨੂੰ ਵਾਲਿਆ। ਬੋਲਿਓ ਤੂੰ ਛੱਟ ਦਾ ਦੂਜਾ ਪੁਕਾਰਿਆ, ਮੇਰ ਕਰ ਮੇਰਾ ਦੇ ਕਰਨ ਹਾਰਿਆ, ਮੇਰ ਕਰ ਮੇਰਾ ਦੇ ਕਰਨ ਹਾਰਿਆ। ਭੁੱਖਿਆਂ ਨੂੰ ਭੋਜਨ ਛਕਾਉਣ ਵਾਲਿਆ, ਪੱਥਰਾਂ ਚੋਂ ਦਰਸ਼ ਦਿਖਾਉਣ ਵਾਲਿਆ, ਪੱਥਰਾਂ ਚੋਂ ਦਰਸ਼ ਦਿਖਾਉਣ ਵਾਲਿਆ। ਇਹ ਰਾਜ ਭਾਗ ਦੌਲਤਾਂ ਬੇਅਰਥ ਸਾਰੀਆਂ, ਪ੍ਰੇਮ ਦੀਆਂ ਲਹਿਰਾਂ ਵਿੱਚ ਲਾਈਏ ਤਾਰੀਆਂ, ਪ੍ਰੇਮ ਦੀਆਂ ਸਾਗਰਾਂ ਚ ਲਾਈਏ ਤਾਰੀਆਂ। ਪਰਵਾਨ ਜੀ ਨਮਸਕਾਰਿਆ, ਮੇਰ ਕਰ ਮੇਰਾ ਦੇ ਕਰਨ ਹਾਰਿਆ, ਮੇਰ ਕਰ ਮੇਰਾ ਦੇ ਕਰਨ ਹਾਰਿਆ। ਤਾਂਗ ਤੇਰੇ ਪਿਆਰ ਦੀ ਹੈ ਬਲਦੇਵ ਨੂੰ, ਸਵਾਸ ਸਵਾਸ ਯਾਦ ਕਰੇ ਗੁਰੂ ਦੇਵ ਨੂੰ, ਸਵਾਸ ਸਵਾਸ ਯਾਦ ਕਰਾਂ ਗੁਰੂ ਦੇਵ ਨੂੰ। ਪਰਵਾਨ ਜੀ ਨਮਸਕਾਰਿਆ, ਮੇਰ ਕਰ ਮੇਰਾ ਦੇ ਕਰਨ ਹਾਰਿਆ, ਮੇਰ ਕਰ ਮੇਰਾ ਦੇ ਕਰਨ ਹਾਰਿਆ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਸਤਸੰਗੀ ਜਨ ਸਮੂਹ ਮਾਈ ਭਾਈ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਇੱਕੇ ਵਾਰ ਕਹਿਣ ਤੇ ਪਿਆਰ ਦਾ ਸਹਿਯੋਗ ਬਖਸ਼ਿਸ਼ ਕਰਦੇ ਹੋਏ ਸਾਡੀ ਤੇ ਆਪਣੀ ਹਾਜ਼ਰੀ, ਜੁਗੋ ਜੁਗ ਅਟਲ ਸਾਹਿਬੇ ਕਮਾਲ ਨਾਮਬਾਣੀ ਦੇ ਜਹਾਜ਼ ਕਲਯੁਗੀ ਜੀਵਾਂ ਦੇ ਤਾਰਕ ਪਿਤਾ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੋਦ ਸੱਚਖੰਡ ਦੀਵਾਨ ਸੱਚੀ ਬਾਰਗਾਹ ਵਿੱਚ ਹਾਜ਼ਰੀ ਲਵਾਉਣ ਵਾਸਤੇ ਜਰਾ ਹਿਰਦੇ ਦੀ ਵੇਦਨਾ ਵਿੱਚ ਉਸ ਮਹਾਨ ਯੁੱਗ ਪੁਰਸ਼ ਬ੍ਰਹਮ ਗਿਆਨੀ ਰਾਜ ਯੋਗੀ ਤਤਵੇਤਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਉਹਨਾਂ ਦੀ ਸੇਵਾ ਤੇ ਸਿਮਰਨ ਨੂੰ ਮੱਥਾ ਟੇਕਦਿਆਂ ਹੋਇਆਂ ਸਤਿਗੁਰੂ ਜੀ ਦੀ ਬਖਸ਼ਿਸ਼ ਆਪਣੀ ਝੋਲੀ ਵਿੱਚ ਪਾਓ। ਤਨ ਮਨ ਧੰਨ ਦੇ ਨਾਲ ਜਿੱਥੇ ਤਿੰਨ ਪ੍ਰਕਾਰ ਦੀ ਸੇਵਾ ਪ੍ਰਵਾਨ ਹੋ ਰਹੀ ਹੈ, ਚੌਥੀ ਸਿਮਰਨ ਦੀ ਜਾਚਨਾ ਕਰਦਿਆਂ ਹੋਇਆਂ ਸੇਵਾ ਆਪਣੇ ਵਿਰਸੇ ਵਿੱਚ ਲਈਏ ਤੇ ਆਗਿਆ ਬਖਸ਼ਿਸ਼ ਕਰੋ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਤਿੰਨਾਂ ਮਹਾਵਾਕਾਂ ਅਨੁਸਾਰ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਮਾਪਿਆਂ ਦੇ ਧੀਆਂ ਪੁੱਤਰਾਂ ਦੀ ਅਸੀਂ ਮੰਜ਼ਲ ਗੁਰੂ ਸੰਗਤ ਵਿੱਚ ਆ ਕੇ ਸਮਰਪਿਤ ਕਰਦਿਆਂ ਹੋਇਆਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਸ ਮੰਜ਼ਲ ਦੇ ਪੰਧੀ ਬਣ ਕੇ ਸਪੁੱਤਰ ਬਣ ਕੇ ਬੈਠੇ ਹੋ। ਆਪ ਬਹੁਤ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਅੱਜ ਉਸ ਮਹਾਨ ਯੁੱਗ ਪੁਰਸ਼ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੈਠੇ ਹੋ। ਜੇ ਕਿਤੇ ਇਤਿਹਾਸ ਪੜ੍ਹ ਕੇ ਵੇਖੀਏ ਤੇ ਨਿਰੰਕਾਰ ਵਾਹਿਗੁਰੂ ਦੇ ਘਰ ਵਿੱਚ ਭਗਤੀਆਂ ਦੇ ਮਾਲਕਾਂ ਨੇ ਭਗਤੀਆਂ ਕਰ ਕਰਕੇ ਝੋਲੀਆਂ ਭਰ ਲਈਆਂ ਆਪਣੀਆਂ, ਔਰ ਝੋਲੀਆਂ ਭਰ ਕੇ ਸੰਸਾਰ ਵਿੱਚ ਆਏ
ਤੇ ਉਹ ਵਿਦਵਾਨ ਕਹਿੰਦਾ ਆਤਮਾ ਤੇ ਪ੍ਰਮਾਤਮਾ ਦਾ ਸੁਨਮੇਲ ਕਰਾਉਣ ਵਿੱਚ ਉਹ ਵਿਚੋਲੇ ਬਣ ਗਏ। ਖਾਲਸਾ ਜੀ ਜੇ ਵਿਚੋਲੇ ਵੀ ਬਣਦੇ ਤੇ ਗੱਲ ਚੰਗੀ ਹੈ। ਵਿਚੋਲੇ ਵਿੱਚ ਇੱਕ ਬਹੁਤ ਵਧੀਆ ਸੰਸਕਾਰ ਹੁੰਦੇ ਨੇ, ਉਹਦੇ ਵਿੱਚ ਇੱਕ ਮੁਹੱਬਤ ਹੁੰਦੀ ਹੈ, ਮਿਕਣਾ ਤੀਸ ਹੁੰਦੀ ਹੈ, ਦੋਨਾਂ ਪਰਿਵਾਰਾਂ ਦਾ ਸੁਨਮੇਲ ਕਰਾਉਂਦਾ ਹੈ। ਅਸੀਂ ਆਪਣੇ ਧੀ ਤੇ ਪੁੱਤਰ ਦਾ ਉਸ ਵਿਚੋਲੇ ਦੇ ਉਦਮ ਸਦਕਾ ਵਿਆਹ ਕਰਦੇ ਹਾਂ। ਸੱਤ ਪੀੜ੍ਹੀਆਂ ਦਾ ਸਾਕ ਉਦਣ ਜੁੜ ਜਾਂਦਾ ਉਸ ਵਿਚੋਲੇ ਦੇ ਉਦਮ ਨਾਲ। ਪਰ ਇਹ ਵਿਚੋਲੇ ਨਾ ਬਣੇ ਆਤਮਾ ਤੇ ਪਰਮਾਤਮਾ ਵਿੱਚ ਬਣ ਗਏ, ਵਿੱਚ ਓਲੇ ਕੰਧ। ਕਹਿੰਦੇ ਸਾਨੂੰ ਮਿਲੋ ਪਹਿਲਾਂ, ਜਦੋਂ ਸਾਨੂੰ ਖੁਸ਼ ਕਰ ਲਓਗੇ ਫਿਰ ਰੱਬ ਨੂੰ ਮਿਲਾਂਗੇ। ਦੁਨੀਆਂ ਦੇ ਉੱਪਰ, ਧਰਮ ਦੇ ਉੱਪਰ ਭਰਮ ਦਾ ਪਰਦਾ ਪਾ ਕੇ ਲੋਕਾਂ ਨੂੰ ਲੁੱਟਿਆ, ਪੁੱਟਿਆ ਤੇ ਕੁੱਟਿਆ। ਸੰਸਾਰੀ ਲੋਕਾਂ ਵਿੱਚ ਆ ਕੇ ਉਹਨਾਂ ਨੇ ਉਸ ਭਗਤੀ ਦਾ ਪ੍ਰਯੋਗ ਗਲਤ ਕੀਤਾ ਹੈ। ਵਿਦਵਾਨ ਕਹਿੰਦਾ ਹੈ ਉਹ 10,000 ਤੋਂ ਲੈ ਕੇ 15,000 ਤੱਕ ਲੰਬੀ ਆਰਜ਼ਾ ਦੇ ਮਾਲਕ ਹੋਏ। ਧਿਆਨ ਰੱਖਿਓ, ਉਹ ਕਹਿੰਦਾ ਮੱਛ ਕੱਛ ਪੀਰ ਪਕੰਬਰ ਧੂਣੀਆਂ ਦੇ ਤਪੀਸਰ ਜਟਾ ਜੂਟ ਜੰਗਮ ਜੋਗੀ ਸਿੱਧ ਮਛੰਦਰ ਗੋਰਖਨਾਥ ਪਕੰਬਰ ਤੇ ਅਵਤਾਰ, ਬੜੀਆਂ ਬੜੀਆਂ ਵੱਡੀਆਂ ਆਰਜ਼ਾ ਲੈ ਕੇ ਆਏ। ਪਰ ਜਦੋਂ ਉਹਨਾਂ ਨੇ ਇਹ ਗੱਲ ਕਰ ਦਿੱਤੀ, ਉੱਥੇ ਪਰਮੇਸ਼ਰ ਦੀ ਕਾਇਨਾਤ 84 ਲੱਖ ਜੂਨ ਤੋਂ ਰਹਿਤ ਮੁਕਤ ਹੋਈ ਜ਼ਿੰਦਗੀ ਮਨੁੱਖ ਦੀ ਹੈ। ਇਹਦੇ ਉੱਪਰ ਬੜਾ ਵੱਡਾ ਧੱਕਾ ਸੀ, ਧਰਤੀ ਦੇ ਉੱਪਰ ਭੂਬਕ ਆਇਆ ਤੇ ਪਚਾਲ ਆ ਕੇ ਕੰਬੀ। ਇਹ ਮੇਰੇ ਵਰਗਾ ਨਿੱਕਾ ਮੋਟਾ ਵਿਦਿਆਰਥੀ ਨਹੀਂ ਕਹਿੰਦਾ ਖਾਲਸਾ ਜੀ, ਮਹਾਨ ਵੇਦ ਵਿਆਸ, ਮਹਾਨ ਮਹਾਕਵੀ ਭਾਈ ਗੁਰਦਾਸ ਜੀ ਇਸ ਗੱਲ ਦੀ ਅਗਵਾਈ ਭਰਦੇ ਨੇ ਕਿ ਅਕਿਰਤ ਘਰਾਂ ਦਾ ਭਾਰ ਹੋ ਗਿਆ ਧਰਤੀ ਤੇ ਜ਼ਿਆਦਾ, ਤੇ ਧਰਤੀ ਦੇ ਉੱਪਰ ਭਚਾਲ ਆਇਆ ਕੰਬੀ। ਇਸ ਧਰਤੀ ਨੇ ਗਊ ਦਾ ਰੂਪ ਧਾਰਿਆ ਤੇ ਮੂੰਹ ਵਿੱਚ ਲਿਆ ਕਹਾ, ਓ ਨਿਰੰਕਾਰ ਦਾ ਜਾ ਕੁੰਡਾ ਖੜਕਾਇਆ। ਭਾਈ ਸਾਹਿਬ ਕਹਿੰਦੇ ਨੇ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਬਿਠਾਇਆ। ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਤੋਂ ਬਾਅਦ ਆਈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੀ ਇੱਕ ਬਹੁਤ ਵੱਡੀ ਬਖਸ਼ਿਸ਼ ਬਰਕਤ ਆਪਣੇ ਮੋਢੇ ਤੇ ਧਰਮ ਦੀ ਗੁਰਜ ਰੱਖ ਕੇ ਸੰਸਾਰ ਵਿੱਚ ਚਰਨ ਮੁਬਾਰਕ ਪਾਏ। ਰਾਏ ਭੋਏ ਪੱਟੀ ਮੁਸਲਮਾਨ ਦੇ ਪਿੰਡ ਜਦੋਂ ਪ੍ਰਕਾਸ਼ਵਾਨ ਹੋਏ ਤੇ ਉਹ ਧਰਤੀ ਸ੍ਰੀ ਨਾਨਕ ਆਣਾ ਸਾਹਿਬ ਨਨਕਾਣਾ ਸਾਹਿਬ ਸੁਸ਼ੋਭਿਤ ਹੋਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦਾਤਾ ਜੀ ਆ ਕੇ ਕੀ ਪ੍ਰਚਾਰ ਕਰਦੇ ਨੇ, ਆਪਾਂ ਉਸ ਪ੍ਰਚਾਰ ਨਾਲ ਤੇ ਮਹਾਨ ਮਹਾਂਪੁਰਖ ਦੇ ਪ੍ਰਕਾਸ਼ ਦਿਹਾੜੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਬੈਠੇ ਹਾਂ। ਜਿਤਨਾ ਵੀ ਸਮਾਂ ਹੋਵੇਗਾ ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਨਾਨਕ ਦੀ ਸਿੱਖੀ ਦੀ ਗੱਲ ਕਰਕੇ ਆਪ ਜੀ ਦੇ ਨਾਲ ਖਿਮਾ ਦੇ ਜਾ ਚੁੱਕੋ। ਮੇਰੇ ਬਹੁਤ ਹੀ ਸਤਿਕਾਰਯੋਗ ਪਰਮ ਮਿੱਤਰ ਜੋ ਬਚਪਨ ਤੋਂ ਲੈ ਕੇ ਮੁਹੱਬਤ ਕਰਨ ਵਾਲੇ ਭਾਈ ਬਲਕਾਰ ਸਿੰਘ ਜੀ, ਬਹੁਤ ਹੀ ਕਲਾ ਦੇ ਵਿੱਚ ਨਿਪੁੰਨ ਨੇ। ਉਹ ਮੋਟਰਸਾਈਕਲ, ਕਾਰਾਂ ਆਦਿ ਟਰੈਕਟਰਾਂ ਤੱਕ ਤੇ ਅੱਜ ਦੀ ਚੱਲਣ ਵਾਲੀ ਮਸ਼ੀਨਰੀ ਵਿੱਚੋਂ ਆ ਜਿਹੜੀ ਫਸਲਾਂ ਕੱਟਦੀ ਹੈ, ਕੰਬਾਈਨ ਤੱਕ ਪੂਰੇ, ਜੇ ਕਹਾਂ ਫੋਰਮੈਨ ਨੇ, ਮਿਸਤਰੀ ਨਹੀਂ ਫੋਰਮੈਨ ਨੇ, ਕਿਉਂਕਿ ਉਹਨਾਂ ਦੇ ਥੱਲੇ ਮੁੰਡੇ ਬਹੁਤ ਕੰਮ ਕਰਦੇ ਨੇ। ਉਹ ਪਹਿਲਾਂ ਹੀ ਮਾਣ ਸਤਿਕਾਰ ਕਰ ਗਏ ਪਿੱਛੋਂ ਦੀ ਆ ਕੇ ਕਿ ਮੈਂ ਭਾਜੀ ਤੁਰ ਜਾਣਾ ਹੈ, ਅਸੀਂ ਸੇਵਾ ਕਰ ਰਹੇ ਹਾਂ ਤੇ ਇਸ ਕਰਕੇ ਤੁਸੀਂ ਪ੍ਰਵਾਨ ਕਰਿਓ 50 ਦਮੜੇ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ। ਇਸ ਚੱਲ ਰਹੀ ਸਟੇਜ ਦੀ ਤੇ ਗੁਰੂ ਕੀ ਸੰਗਤ ਦੀ ਸਰਬੱਤ ਦੇ ਭਲੇ ਦੀ ਅਰਦਾਸ ਉਸਨੇ ਭੇਜੀ ਹੈ, ਬੜੀ ਨਿਮਰਤਾ ਤੇ ਪਿਆਰ ਦੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮਹਾਂਵੀਰ ਸਿੰਘ ਦੇ ਨਾਂ ਤੇ, ਰਣਬੀਰ ਸਿੰਘ ਦੇ ਨਾਂ ਤੇ ਮਾਇਆ ਹਾਜ਼ਰ ਹੋਈ ਹੈ। ਸਤਿਗੁਰੂ ਪਰਿਵਾਰ ਵਿੱਚ ਪਿਆਰ ਅਤਿਪਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਿੱਖੀ ਜੀਵਨ ਹੋਵੇ।
ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ ਮਹਾਂਪੁਰਖ, ਮੈਂ ਆਪਣੀ ਜ਼ਿੰਦਗੀ ਵਿੱਚ 38 ਸਾਲ ਕਵੀਸ਼ਰੀ ਕੀਤੀ, ਹੁਣ ਤੇ ਢਾਡੀ ਜਥਾ ਚੱਲ ਰਿਹਾ। ਸਾਡਾ ਸਰੰਗੀ ਮਾਸਟਰ ਬਈ ਦੂਰੋਂ ਚੱਲ ਕੇ ਆਉਂਦਾ, ਜਲਾਲਾਬਾਦ ਉਹਦਾ ਪਿੰਡ ਹੈ ਮੋਗੇ ਦੇ ਕੋਲ, ਚੱਲਿਆ ਤੇ ਟਾਈਮ ਦਾ ਪਰ ਅਜੇ ਤੱਕ ਉਹਦੇ ਨਾਲ ਸੰਪਰਕ ਹੋਈ ਜਾਂਦਾ ਤੇ ਬਸ ਆ ਗਿਆ ਭਾਜੀ, ਆ ਗਿਆ ਭਾਜੀ। ਹੋ ਸਕਦਾ ਉਸ ਗੁਰਦੁਆਰਾ ਸਾਹਿਬ ਨੂੰ ਤੁਰ ਗਿਆ ਹੋਵੇ, 3 ਵਾਰਾਂ ਫੋਨ ਲਾਇਆ ਤੇ ਕੱਟੀ ਜਾਂਦਾ। ਜੇ ਪਹੁੰਚਦਾ ਤੇ ਢਾਡੀ ਜਥੇ ਦੇ ਨਾਲ ਅਸੀਂ ਤੁਹਾਡੀ ਸੇਵਾ 6 ਸਾਲ ਤੋਂ ਕਰ ਰਹੇ ਹਾਂ, ਪਰ ਫਿਰ ਵੀ ਜਦੋਂ ਇਤਨਾ ਕਿਤੇ ਕੋਈ ਥੋੜ੍ਹੀ ਬਾਲੀ ਸਰੰਗੀ ਮਾਸਟਰ ਦੂਰੋਂ ਆਉਣ ਕਰਕੇ ਨੌਕਤ ਆਉਂਦੀ ਹੈ, ਤੇ ਫਿਰ ਕਵੀਸ਼ਰੀ ਲੈਣ ਵਿੱਚ ਹੀ ਹੁਣੇ ਗੱਲ ਕਰ ਰਹੇ ਸੀ ਸਰਦਾਰ ਸੰਤ ਬਾਬਾ ਅਵਤਾਰ ਸਿੰਘ ਜੀ, ਬੜੇ ਪਿਆਰ ਨਾਲ ਇਸ਼ਾਰਾ ਕਰ ਰਹੇ ਸੀ, ਗੜਗੜ ਜੀ ਗੁਰੂ ਦੀ ਦਿੱਤੀ ਦਾਤ ਸਭ ਕੁਝ ਆ ਤੁਹਾਡੇ ਕੋਲ। ਤੇ ਕਮਲਜੀਤ ਸਿੰਘ ਜੀ ਕਹਿ ਰਹੇ ਸੀ ਕਿ 45 ਮਿੰਟ ਵਾਸਤੇ ਸਮਾਂ ਹੈ, ਕੋਈ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਧ ਰੱਖਦੀ, ਕੋਈ ਸੇਵਾ ਸਿਮਰਨ ਦੀ ਪੱਖ ਦੀ ਰੱਖਦੀ ਗੱਲ ਗੁਰੂ ਸੰਗਤ ਨਾਲ ਸਾਂਝੀ ਕਰ ਲਿਓ। ਧੰਨਵਾਦੀ ਹਾਂ ਜੀ, ਉਹਨਾਂ ਸਮਾਂ ਵੱਧ ਤੋਂ ਵੱਧ ਦਿੱਤਾ ਹੈ, ਸਮੇਂ ਦੀ ਕਦਰ ਕਰੀਏ। ਬਾਬਾ ਦੀਦਾਰ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਇਸ ਕਿਲ੍ਹਾ ਗੱਗੋ ਨੰਗਲ, ਇਹ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਦੇ ਪੁਰਾਣੇ ਖਰੜੇ ਤੇ ਇਤਿਹਾਸ ਵਿੱਚ ਇਹੀ ਸਥਾਨ ਹੈ। ਇਹ ਗੱਲ ਵੱਖਰੀ ਹੈ ਕਿ ਮੈਂ ਨੰਬਰਦਾਰ ਸਾਹਿਬ ਜੀ ਉਹਨਾਂ ਨਾਲ ਗੱਲ ਕੀਤੀ ਸੀ, ਇਹਨਾਂ ਦੇ ਪਿਤਾ ਜੀ ਨਾਲ, ਜਦੋਂ ਅਸੀਂ ਕਵੀਸ਼ਰੀ ਲੈਣ ਚੱਲੇ ਭਈ ਆਪਾਂ ਸਥਾਨ ਨੂੰ, ਇਸ ਨੂੰ ਗਿਆਨੀ ਮੂਲਾ ਸਿੰਘ ਜੀ ਦਾਸ ਅਤੇ ਹੋਰ ਢਾਡੀ ਜਿੱਥੇ ਆਏ ਸੀ ਇਕੱਠੇ ਹੋ ਕੇ ਬੈਠੇ ਸੀ ਕਿ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਰਕੇ ਪ੍ਰਗਟ ਕਰਦੇ ਅਤੇ ਗੱਲ ਚੰਗੀ ਸੀ। ਉਹ ਕਹਿੰਦੇ ਗੱਲ ਹੋ ਗਈ ਜਿਹੜੀ ਹੁਣ ਹੋ ਗਈ ਆ ਗੜਗੜ, ਕੋਈ ਗੱਲ ਨਹੀਂ। ਗਿਆਨੀ ਮੂਲਾ ਸਿੰਘ ਜੀ ਉਹਨਾਂ ਦੇ ਨਾਲ ਵੀ ਗੱਲ ਆਉਂਦੀ ਹੋਈ ਕਿ ਇਹ ਬਾਬਾ ਸਾਉਣ ਮੱਲ ਜੀ ਦੇ ਇੱਥੇ ਸਥਾਨ ਬਾਬਾ ਬੁੱਢਾ ਸਾਹਿਬ ਜੀ ਦੇ ਘਰੇ ਹੀ ਸੀ, ਇਹੀ ਘਰ ਹੈ ਪੁਰਾਣਾ ਗੱਗੋ ਨੰਗਲ ਕਿਲ੍ਹਾ, ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਥਾਨ ਇੱਥੇ ਹੀ ਹੈ। ਮਗਰ ਉਹ ਜਨਮ ਸਥਾਨ ਬਣ ਚੁੱਕਾ ਹੈ, ਹੁਣ ਬਾਰ ਬਾਰ ਦੂਜੇ ਤੀਜੇ ਬਣਾਉਣ ਦੀ ਲੋੜ ਨਹੀਂ। ਇੱਥੇ ਬਾਬਾ ਜੀ ਦੇ ਪਰਿਵਾਰ ਅਤੇ ਉੱਥੇ ਬਾਬਾ ਜੀ ਦੇ ਵੱਡ ਵਡੇਰਿਆਂ ਦੇ ਸਥਾਨ ਕੋਈ ਓਪਰੀ ਗੱਲ ਨਹੀਂ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਅਤੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ 125 ਸਾਲ ਦੀ ਲੰਬੀ ਉਮਰ ਪਾਈ ਹੈ, ਅਕਾਲ ਨੂੰ ਸਿਮਰਨ ਵਾਲੇ, ਕਾਲ ਤੋਂ ਰਹਿਤ ਹੋਏ, ਜਿਹੜੇ ਨਿੱਕੇ ਮੋਟੇ ਉਹਨਾਂ ਦੇ ਡਰ ਸੀ ਉਹ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਪ੍ਰਵਾਨ ਕਰਕੇ ਦੂਰ ਕਰ ਦਿੱਤੇ। ਰਹਾਓ ਵਿਚਾਰ, ਮੈਂ ਅਗਲੀ ਗੱਲ ਕਰਾਂ। ਮੇਰੇ ਸਤਿਕਾਰਯੋਗ ਭਗਵਾਨ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਤੋਂ ਗੁਰੂ ਕੇ ਲਾਲ ਮਾਇਆ ਅਰਦਾਸ ਕਰਵਾ ਗਏ ਨੇ ਸਤਿਗੁਰੂ ਚੜ੍ਹਦੀ ਕਲਾ ਬਖਸ਼ ਨੂੰ। ਮਾਸਟਰ ਹਰਭਜਨ ਸਿੰਘ ਜੀ ਚਵਿੰਡਾ ਦੇਵੀ ਵਾਲੇ ਮੇਰੇ ਪਰਮ ਮਿੱਤਰ, ਉਹਨਾਂ ਵੱਲੋਂ 100 ਦਮੜਾ ਮਾਇਆ ਹਾਜ਼ਰ ਆਪਣੇ ਢਾਡੀ ਜਥੇ ਨੂੰ ਭੇਜਿਆ ਗਿਆ। ਮੈਂ ਗੱਲ ਕਰ ਰਿਹਾ ਸੀ ਬਾਬਾ ਸੱਜਣ ਸਿੰਘ ਜੀ ਹੋਣਾ ਦੀ ਜੀਵਨ ਦੀ, ਉਹ ਕਵੀਸ਼ਰੀ ਅਤੇ ਢਾਡੀ ਲੈਣ ਦੇ ਪ੍ਰਿੰਸੀਪਲ ਨੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀ, ਕਿਉਂਕਿ ਬਰੀਕੀ ਨੂੰ ਪਕੜਦੇ ਅਤੇ ਬੜੇ ਧਿਆਨ 'ਚ ਰੱਖਦੇ ਨੇ। ਕਈ ਵਾਰਾਂ ਥਾਪੜਾ ਦੇ ਕੇ ਉਹਨਾਂ ਗੱਲ ਕਹੀ, ਗੜਗੜ ਜੀ ਠੀਕ ਹੈ ਤੁਹਾਡੇ 'ਤੇ ਵੀ ਗੁਰੂ ਦੀ ਬਖਸ਼ਿਸ਼ ਰਹੀ, ਪਰ ਮੇਰੇ ਬੇਟੇ ਜਿਹੜੇ ਆ ਉਹ ਤੁਹਾਡੇ ਨਾਲੋਂ 2 ਨੰਬਰ ਵੱਧ ਲੈ ਗਏ, ਕਿਉਂਕਿ ਦਾਸ ਦਾ ਵੱਡਾ ਬੇਟਾ ਬਲਵੀਰ ਸਿੰਘ ਪਾਰਸ ਇੰਟਰਨੈਸ਼ਨਲ ਢਾਡੀ ਜੱਥਾ ਬੀਬੀਆਂ ਦਾ ਚੱਲਦਾ, ਤੁਸੀਂ ਸੁਣਦੇ ਹੋ, ਦਾਸ ਦਾ ਵੀ ਢਾਡੀ ਜੱਥਾ। ਇਹ ਉੱਤੋਂ ਛੋਟੇ ਬੱਚੇ ਦੋਨੇ ਭਾਈ ਸਕੇ, ਬਲਵੀਰ ਸਿੰਘ ਦੇ ਛੋਟੇ ਵੀਰ ਅਤੇ ਮੇਰੇ ਬੇਟੇ, ਚਾਰੇ ਬੇਟੇ, ਚਾਰੇ ਦੇ ਚਾਰੇ ਢਾਡੀ, ਇਹ ਬਖਸ਼ਾਂ ਗੁਰੂ ਦੀਆਂ। ਅਤੇ ਬਾਬਾ ਜੀ ਖੁਸ਼ ਹੋ ਕੇ ਕਹਿ ਦਿੰਦੇ ਹੁੰਦੇ ਆ, ਗੜਗੜ ਜੀ ਤੁਹਾਡੇ ਨਾਲੋਂ 2 ਕਦਮ ਅੱਗੇ। ਉਹਨਾਂ ਵੱਲੋਂ ਅਸੀਸ ਬੇਅੰਤ ਮਾਇਆ ਦੇ ਨਾਲ ਭੇਜੀ ਗਈ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰ। ਸਟੇਜ ਸਕੱਤਰ ਅਤੇ ਜ਼ਿੰਮੇਵਾਰ ਇਹ ਸਾਰੇ ਪ੍ਰੋਗਰਾਮ ਦੇ ਸੰਚਾਲਕ ਗਿਆਨੀ ਕਮਲਜੀਤ ਸਿੰਘ ਜੀ, ਜਿਹਨਾਂ 'ਤੇ ਬਾਬਾ ਬੁੱਢਾ ਸਾਹਿਬ ਜੀ ਦੀ ਬਖਸ਼ਿਸ਼ ਉਹਨਾਂ ਦੀ ਅਨਸ ਬਨਸ ਹੈ, ਇਹ ਕੋਈ ਝੂਠੀ ਗੱਲ ਨਹੀਂ, ਖਰੜੇ ਵਿੱਚੋਂ ਪੜ੍ਹਿਆ ਜਾ ਸਕਦਾ, ਵੇਖਿਆ ਜਾ ਸਕਦਾ। ਨੰਬਰਦਾਰ ਦਾ ਪਰਿਵਾਰ ਹਰਦਿਆਲ ਸਿੰਘ, ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਆਪਣੇ ਢਾਡੀ ਜਥੇ ਦੇ ਮਾਣ ਵਿੱਚ ਭੇਜੀ ਗਈ। ਕੇ ਟੀ ਵੀ ਸਾਰੀ ਦੁਨੀਆ ਦੇ ਵਿੱਚ ਕਵਰੇਜ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਾ, ਜਨਮ ਦਿਹਾੜੇ ਨੂੰ
ਸਮਰਪਿਤ ਹੋ ਕੇ ਸਾਰੀ ਸੰਗਤ ਦੀ ਜਿਤਨੀ ਕਵਰੇਜ ਹੈ ਸਾਰੀ ਲਾਈਵ ਤੌਰ 'ਤੇ ਦਿਖਾ ਰਹੇ ਨੇ ਦੇਸ਼ ਅਤੇ ਵਿਦੇਸ਼ ਵਿੱਚ। ਖਾਲਸਾ ਜੀ, ਇਹ ਤੁਹਾਡੀ ਸਾਰੀ ਹਾਜ਼ਰੀ ਜਿਹੜੀ ਹੈ, ਵਿਦੇਸ਼ ਵਿੱਚ ਬੈਠੇ ਵੀ ਤੁਹਾਡੇ ਧੀਆਂ ਪੁੱਤਰ ਭੈਣ ਭਰਾ ਜਿਹੜੇ ਪੰਜਾਬ ਦੇ ਵਾਸੀ ਅਤੇ ਦੂਰ ਦੁਰੇਡੇ ਬੈਠੇ ਸੱਤ ਸਮੁੰਦਰਾਂ ਤੋਂ ਪਾਰ ਵੀ ਅੱਜ ਦਾ ਸਾਰਾ ਪ੍ਰੋਗਰਾਮ ਦੇਖ ਰਹੇ ਨੇ। ਔਰ ਇੱਥੇ ਹੀ ਨਹੀਂ, ਇਹ ਦੋਨੇ ਚੈਨਲ ਇਕੱਠੇ ਚੱਲ ਰਹੇ ਨੇ ਇੱਥੇ ਅਤੇ ਬਰਗਾੜੀ ਮੋਰਚੇ ਵਿੱਚ ਜਿਹੜਾ ਧਰਮ ਮੋਰਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਨ ਸ਼ਾਨ ਅਤੇ ਉਹਨਾਂ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਲੱਗਾ ਹੋਇਆ, ਉੱਥੇ ਵੀ ਲੱਗਾ ਹੈ। ਸੋ ਗੱਲ ਕਰ ਰਹੇ ਸੀ, ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਹਾਜ਼ਰ ਹੋਏ ਹੋ। ਸੰਤ ਬਾਬਾ ਜੈਵ ਸਿੰਘ ਜੀ ਮੱਖਣ ਮੰਡੀ ਵਾਲੇ ਕਾਰ ਸੇਵਾ ਦੇ ਕੁੰਜ, ਉਹਨਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੇ ਜੱਥੇ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਹੈ, ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮੈਂ ਗੱਲ ਕਰ ਰਿਹਾ ਸੀ, ਸੱਚੇ ਪਾਤਸ਼ਾਹ ਜੀ ਨੇ ਆਪ ਸੰਸਾਰ 'ਤੇ ਇਹ ਪ੍ਰਗਟ ਕੀਤੀ ਆ ਗੱਲ ਜਿਹੜੀ ਮੈਂ ਬੇਨਤੀ ਕਰ ਰਿਹਾ। ਉਹ ਕਹਿੰਦੇ ਸਾਨੂੰ ਵੀ ਭਗਤੀ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ, ਅਸੀਂ ਵੀ ਭਗਤੀ ਨਾਲ ਝੋਲੀ ਭਰ ਕੇ ਲਿਆਏ, ਪਰ ਉਸ ਭਗਤੀ ਦੀ ਜਿਹੜੀ ਪ੍ਰਯੋਗ ਵਿਚਾਰ ਹੈ ਉਹਨਾਂ ਨੇ ਇਸ ਤਰ੍ਹਾਂ ਸ਼ੁਰੂ ਕੀਤੀ ਹੈ। ਖਾਲਸਾ ਜੀ, ਦਤਾਰ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਨੇ ਕਿ ਗਰੀਬੀ ਗਧਾ ਹਮਾਰੀ, ਯਾਦ ਰੱਖਿਓ। ਉਹ ਗਰੀਬੀ ਨਹੀਂ ਕਿ ਪੱਟੇ ਪਾਟੇ ਕੱਪੜੇ ਹੋਣ ਜਾਂ ਪੈਰੋਂ ਨੰਗੇ ਜਾਂ ਢਿੱਡੋਂ ਭੁੱਖੇ, ਸੱਚ ਦੀ ਗੱਲ ਕਰਦੇ ਨੇ ਸੱਚੇ ਪਾਤਸ਼ਾਹ। ਗੁਰਜ ਨੂੰ ਕਹਿੰਦੇ ਨੇ ਗਧਾ, ਮੋਢੇ 'ਤੇ ਰੱਖੀ ਹੈ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ। ਗਰੀਬੀ ਗਧਾ ਹਮਾਰੀ, ਖੰਨਾ ਰੇਨ ਸਗਲ ਸ਼ਾਰੀ, ਅਸੀਂ ਸਾਰੀ ਧਰਤੀ ਦਾ ਭ੍ਰਮਣ ਕਰਕੇ ਦੁਨੀਆਂ ਦੇ ਭਰਮ ਮਟਾਏ ਔਰ ਵਿਛੜੀ ਆਤਮਾ ਨੂੰ ਪਰਮੇਸ਼ਰ ਪਰਮਾਤਮਾ ਦੇ ਲੜ ਲਾਇਆ, ਇੱਕੋ ਓਂਕਾਰ ਸਤਨਾਮ ਵਾਹਿਗੁਰੂ ਦਾ ਛੱਟਾ ਦੇ ਕੇ ਸਾਨੂੰ ਸਟੇਜ 'ਤੇ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਜੀ ਹੋਣਾ ਨੇ ਆਪਣੀ ਰਸਰਾ ਤੋਂ ਸਾਰੀ ਸੰਗਤ ਨੂੰ ਆਖਿਆ ਹੈ ਕਿ ਸਾਰੀ ਸੰਗਤ ਇੱਕ ਵਾਰ ਪਿਆਰ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਨੇ ਪ੍ਰਾਰੰਭ ਕਰਵਾਈ ਹੈ, ਇਹ ਸ਼ਬਦ ਗੁਰੂ ਦਾ ਹੈ ਅਤੇ ਗੁਰੂ ਦੇ ਸ਼ਬਦ ਨਾਲ ਪਿਆਰ ਪਾਉਣ ਵਾਲੇ ਹਮੇਸ਼ਾ ਹੀ ਜ਼ਿੰਦਗੀ 'ਚ ਸੁੱਖ ਮਾਣਦੇ ਨੇ। ਔਰ ਮੈਂ ਬੇਨਤੀ ਕਰਾਂ ਮੇਰੇ ਦਾਤੇ ਦੀ, ਜ਼ਿੰਦਗੀ 70 ਸਾਲ 5 ਮਹੀਨੇ 3 ਦਿਨ ਦੀ ਹੈ, ਕੇਵਲ 17 ਸਾਲ ਪਰਿਵਾਰ ਦੇ ਨਾਲ ਸੰਬੰਧ ਹੈ, ਬਾਕੀ ਦਾ ਸਾਰਾ ਪ੍ਰਚਾਰ ਅਤੇ ਪ੍ਰਸਾਰ ਵਿੱਚ ਲਾਇਆ। ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਸੰਪਰਕ ਵਿੱਚ ਜਦੋਂ ਆਏ ਜਾਂ ਚਾਰ ਭਾਈਆਂ ਦੀ ਗੱਲ ਵਿਦਵਾਨ ਕਹਿੰਦਾ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਜੀਵ 'ਤੇ ਇੰਨੇ ਤਾਰੇ ਨੇ ਬਈ ਕੰਪਿਊਟਰ ਨਾਲ ਜਾਂ ਅੱਜ ਦੀ ਸਾਇੰਸ ਜਿਹੜੀ ਆ ਉਹ ਤਾਰੇ ਆਕਾਸ਼ ਦੇ 'ਤੇ ਗਿਣ ਸਕਦੇ ਹੋ, ਪਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਜੀਵ ਤਾਰੇ ਨੇ ਉਹ ਗਿਣੇ ਨਹੀਂ ਜਾ ਸਕਦੇ। ਉਹ ਕਹਿੰਦਾ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣਤ ਹੈ, ਜਿਹੜੇ ਆਕਾਸ਼ ਦੇ ਤਾਰੇ ਉਹ ਤਾਂ ਗਿਣੇ ਜਾ ਸਕਦੇ ਕਿਸੇ ਸੰਬੰਧ ਨਾਲ ਤਕਨੀਕੀ ਸਾਇੰਸ ਨਾਲ, ਪਰ ਬਾਬੇ ਨਾਨਕ ਦੇ ਜੀਵ ਤਾਰੇ ਹੋਏ ਗਿਣਤੀ ਤੋਂ ਬਾਹਰੇ ਨੇ। ਇਹਨਾਂ ਚਾਰ ਭਾਈਆਂ ਦੀ ਵਿਸ਼ੇਸ਼ਤਾ ਇਹ ਹੈ, ਪਹਿਲੇ ਭਾਈ ਦਾਨਾ ਜਿਹਨੂੰ ਉਹਦੀ ਮਾਤਾ ਆਵਾਜ਼ਾਂ ਮਾਰਦੀ ਸੀ ਮਰ ਜਾਣਾ ਕਰਕੇ, ਭਾਈ ਦਾਨਾ ਕਹਿ ਕੇ ਗਲਵੱਕੜੀ ਵਿੱਚ ਲੈ ਲਿਆ ਅਤੇ ਆਖਿਆ ਮਾਤਾ ਇਹ ਮਰਦਾ ਨਾ, ਤੂੰ ਮਰ ਜਾਣਾ ਕਹਿੰਦੀ ਹੈ, ਸਾਡਾ ਭਾਈ ਦਾਨਾ ਮਰਦਾ ਨਾ ਮਰਦਾਨਾ। ਪਹਿਲਾ ਭਾਈ ਮਰਦਾਨਾ ਘੁੱਟ ਕੇ ਗਲਵੱਕੜੀ ਪਾ ਲਈ ਅਤੇ ਮੀਰ ਮਰਾਸੀ ਪੱਛੜੀ ਸ਼੍ਰੇਣੀ ਵਿੱਚੋਂ ਆਪਣਾ ਭਾਈ ਕਹਿ ਕੇ ਉਪਾਧੀ ਦੇ ਦਿੱਤੀ। ਭਾਵੇਂ ਉੱਚ ਜਾਤੀਆਂ ਨੇ ਮੂੰਹ ਚੁੰਗਲਾ ਪਾ ਲਈਆਂ, ਪਰ ਦਾਤੇ ਨੇ ਸ਼ੁਰੂ ਹੀ ਉੱਥੋਂ ਪ੍ਰਚਾਰ ਕੀਤਾ ਜਿਹਦੇ ਬਾਰੇ ਲੋਕ ਕਹਿੰਦੇ ਸੀ ਕਿ ਬ੍ਰਹਮਾ ਦੇ ਮੂੰਹ 'ਚੋਂ ਪੈਦਾ ਹੋਏ ਬ੍ਰਾਹਮਣ, ਭੁਜਾ 'ਚੋਂ ਪੈਦਾ ਹੋਏ ਕੁਸ਼ਤਰੀ, ਪੇਟ 'ਚੋਂ ਪੈਦਾ ਹੋਏ ਵੈਸ਼ ਅਤੇ ਪੈਰਾਂ 'ਚੋਂ ਪੈਦਾ ਹੋਏ ਸ਼ੂਦਰ। ਸਤਿਗੁਰਾਂ ਨੇ ਉਹਨਾਂ ਨੂੰ ਗਲ ਲਾ ਕੇ ਬੜਾ ਵੱਡਾ ਮਾਣ ਬਖਸ਼ਿਆ ਅਤੇ ਭਾਈ ਗੁਰਦਾਸ ਜੀ ਉਚਾਰਨ ਕਰਦੇ ਨੇ ਕਿ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ,
ਮਰਦਾਨਾ 50 ਸਾਲ ਦੀ ਪ੍ਰੀਤ ਬਣ ਗਈ। ਯਾਦ ਰੱਖਿਓ ਕਿਰਤ ਵਿੱਚ ਬਾਬਾ ਬਾਲਾ ਜੀ ਨਾਲ ਹੈ। ਬਦਕਿਸਮਤੀ ਹੈ ਕਿ ਸਾਡੇ ਵੱਡੇ ਬੁਲਾਰੇ ਜਿਹੜੇ ਨੇ ਉਹਨਾਂ ਨੇ ਭਾਈ ਬਾਲਾ ਜੀ ਨੂੰ ਕੱਢ ਹੀ ਛੱਡਿਆ। ਕਈ ਤਾਂ ਇਉਂ ਕਹਿੰਦੇ ਨੇ ਕੋਈ ਬਾਲਾ ਬੰਦਾ ਹੀ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ ਕਿ ਜਦੋਂ ਕਿ 30 ਸਾਲ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਫ਼ਰ ਰਿਹਾ ਭਾਈ ਸੰਧੂ ਜੱਟ, ਭਾਈ ਬਾਲਾ ਜੀ ਨੇ ਸ਼ੀਧਾ ਲਿਆਂਦਾ ਅਤੇ ਖਰਾ ਸੌਦਾ ਅੱਜ ਗੁਰਦੁਆਰਾ ਉਸ ਜਿੱਥੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਲੰਗਰ ਚਲਾਏ 20 ਰੁਪਿਆਂ ਦੇ, ਉਹ ਨਿਸ਼ਾਨੀ ਹੈ। ਭਾਈ ਬਾਲਾ ਜੀ ਨੇ ਸ਼ੀਧਾ ਲਿਆਂਦਾ ਸੌਦਾ। ਐਂ ਕਹੀਏ ਗੁਰੂ ਦੇਵ ਜੀ ਨੇ ਪਹਿਲਾ ਭਾਈ ਮਰਦਾਨਾ ਤਾਰਿਆ, ਦੂਜਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਮਿਲਾਪ ਹੋਇਆ ਉਹ ਰਮਦਾਸ ਦੀ ਧਰਤੀ 'ਤੇ ਬੜੇ ਪਿਆਰ ਅਦਬ ਦੇ ਨਾਲ ਦੁੱਧ ਰੱਖ ਕੇ ਪ੍ਰਕਰਮ ਕਰਕੇ ਮੱਥਾ ਟੇਕਿਆ ਅੰਗੀਕਾਰ ਕਰਦਿਆਂ ਹੋਇਆਂ ਮੇਰੇ ਦਾਦਾ ਜੀ ਨੇ ਬਾਲਕ ਬੁੱਧੇ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਖਿਤਾਬ ਦੇ ਦਿੱਤਾ। ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ। ਮਾਪਿਆਂ ਦੇ ਨਾਂ ਭਾਈ ਬੁੱਧਾ ਜੀ। ਔਰ ਤੀਸਰੇ ਭਾਈ ਭਾਈ ਲਾਲੋ ਜੀ ਤਾਰੇ ਨੇ ਕਿਰਤ ਵਿੱਚ ਉਹਨਾਂ ਨੂੰ ਨਿਪੁੰਨ ਕੀਤਾ ਅਤੇ ਸੰਪੂਰਨ ਕਰਦਿਆਂ ਹੋਇਆਂ ਮਲਕ ਭਾਗੋ ਦੇ ਹੰਕਾਰ ਦੀ ਮਣੀ ਫੋੜੀ, ਭਾਈ ਲਾਲੋ ਦੀ ਕਿਰਤ ਨੂੰ ਸਤਿਕਾਰਿਆ। ਚੌਥਾ ਭਾਈ ਜਿਸ ਦੀ ਗੱਲ ਸਾਡੇ ਤੋਂ ਪਹਿਲਾਂ ਕਰ ਰਹੇ ਸੀ ਭਾਈ ਲਹਿਣਾ ਜੀ, ਜਿਨ੍ਹਾਂ ਨੂੰ ਅੰਗ ਲਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦੂਜੀ ਜੋਤ ਦਾ ਦਰਜਾ ਦੇ ਦਿੱਤਾ। ਇਹ ਮੇਰੇ ਦਾਤੇ ਨੇ ਚਾਰ ਭਾਈ ਵਿਸ਼ੇਸ਼ ਨਾਲ ਤਾਰੇ ਨੇ। ਔਰ ਮੇਰੇ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਗੁਰੂ ਅੰਗਦ ਦੇਵ ਜੀ ਦੇ ਪਾਵਨ ਦਰਬਾਰ ਵਿੱਚ ਸੇਵਾ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਨੂੰ ਸਮਰਪਿਤ ਹੋਏ। ਗੱਲ ਚੱਲ ਰਹੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਕਾਲ ਦੀ ਕੋਈ ਐਸੀ ਬਾਤ ਹੋਵੇ ਜਿਹੜੀ ਕਿ ਸੇਵਾ ਸਿਮਰਨ ਨੂੰ ਸਮਰਪਿਤ ਹੋਵੇ। ਮੇਰੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸਰਦਾਰ ਅਜੀਤ ਸਿੰਘ ਜੀ ਨੰਬਰਦਾਰ ਸਾਹਿਬ ਸਰਪੰਚ ਅਤੇ ਇਲਾਕੇ ਦੇ ਜ਼ਿੰਮੇਵਾਰ ਨਗਰ ਡੱਡੀਆਂ, ਉਹਨਾਂ ਦੇ ਸਪੁੱਤਰ ਸਰਪੰਚ ਸਰਦਾਰ ਬਲਦੇਵ ਸਿੰਘ, ਸਹਿਤ ਸੱਜਣਾਂ ਦੇ 200 ਦਮੜਾ ਆਪਣੇ ਢਾਡੀ ਜੱਥੇ ਨੂੰ ਮਾਨ ਭੇਜ ਕੇ ਗਏ ਨੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹ ਪਰਸਪਰ ਪਿਆਰ ਬੜਾ ਸਮੇਂ ਤੋਂ ਚੱਲਦਾ ਆਉਂਦਾ ਅਤੇ ਚੱਲਦਾ ਰਹੇ। ਸਤਿਗੁਰੂ ਅੱਗੇ ਅਰਦਾਸ ਕਰੀਏ ਪਰਿਵਾਰ ਵਿੱਚ ਪਿਆਰ ਸਪਾਤ ਚੜ੍ਹਦੀ ਕਲਾ ਹੋਵੇ ਸਿੱਖੀ ਜੀਵਨ। ਤਲਵੰਡੀ ਦਸਵੰਧਾ ਸਿੰਘ ਉੱਥੋਂ ਬਈ ਨਿਹੰਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਦੇ ਸਪੁੱਤਰ ਮੇਰੇ ਬੇਟੇ ਨਿਸ਼ਾਨ ਸਿੰਘ ਢਾਡੀ ਅਤੇ ਉਹਨਾਂ ਦੇ ਭਰਾਤਾ ਜੀ, ਉਹਨਾਂ ਵੱਲੋਂ ਬੇਨਤ ਮੈਂ ਹਾਜ਼ਰ ਹੋਈ ਹੈ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਮਰ ਸਿੰਘ ਜੀ ਲੇਲ ਹੋਰ ਕਵੀਸ਼ਰ ਅਤੇ ਸਾਰੇ ਬੁਲਾਰਿਆਂ ਵੱਲੋਂ, ਕੋਈ ਵੀ ਸੱਜਣ ਛੋਟਾ ਨਹੀਂ, ਇੱਕ ਤੋਂ ਇੱਕ ਚੜ੍ਹਨਦੀਆਂ ਪਿਆਰ ਵਾਲੇ, ਉਹਨਾਂ ਸਾਰੇ ਬੱਚਿਆਂ ਅਤੇ ਵੀਰਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਮੇਰਾ ਸਪੁੱਤਰ ਗੁਲਾਬ ਸਿੰਘ ਉਹਦੇ ਨਾਲ ਸਾਰੇ ਸਾਥੀਆਂ ਦੇ ਜੱਥੇ ਵੱਲੋਂ ਮਾਇਆ ਹਾਜ਼ਰ ਹੋਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸੇਵਾ ਸਿਮਰ ਤੋਂ ਪ੍ਰਾਪਤ ਕੀਤੀ। ਧਿਆਨ ਦੇਈਏ ਬਾਬਾ ਬੁੱਢਾ ਸਾਹਿਬ ਜੀ ਜੇ ਗੁਰੂ ਨਾਨਕ ਸਾਹਿਬ ਜੀ ਤੋਂ ਪਾਸ ਹੋਏ, ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ, ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵੀ ਅੜਦਲ ਵਿੱਚ ਤਿਲਕ ਦੇਣ ਤੋਂ ਬਾਅਦ ਸੇਵਾਦਾਰ ਨੇ, ਸੇਵਾਦਾਰ ਇਸ ਪੱਖ ਨਾਲ ਨੇ ਕਿ ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੋਝ ਪਰਮ ਪਦ ਪਾਈ, ਸੰਸਾਰ ਦਾ ਭਰਮ ਮਿਟਾਉਣ ਵਾਸਤੇ 84 ਲੱਖ ਜੂਨ ਦੇ ਵਿੱਚੋਂ ਰਹਿਤ ਮੁਕਤ ਹੋਈ ਜ਼ਿੰਦਗੀ ਮਨੁੱਖ ਦੀ, ਇਹਦੀ 84 ਕੱਟਣ ਵਾਸਤੇ ਬੌਲੀ ਸਾਹਿਬ ਦਾ ਟੱਪ ਲਗਾ ਕੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਵਾ ਰਹੇ ਨੇ। ਔਰ ਧਿਆਨ ਦੇਈਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਕੇ ਬੈਠੇ ਨੇ। ਉੱਤਰ ਪ੍ਰਦੇਸ਼ ਤੋਂ ਆਈ ਹੈ ਸੰਗਤ, ਸਭਨਾਂ ਨੇ ਪ੍ਰੇਮ ਭੇਟਾ ਰੱਖੀ ਅਤੇ ਮੱਥਾ ਟੇਕਿਆ, ਵਾਰੀ ਵਾਰੀ ਮੱਥਾ ਟੇਕਦੇ ਹੋਏ ਗੁਰਦੇਵ ਦੇ ਦਰਸ਼ਨ ਕਰ ਰਹੇ ਨੇ। ਉੱਥੇ ਦੀ ਜਿਹੜੀ ਰੌਣਕ ਬਣੀ ਹੈ ਸ਼੍ਰੀ ਗੋਇੰਦਵਾਲ ਸਿੱਖੀ ਦਾ ਧੁਰਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਨੇ, ਸੰਗਤ ਆ ਕੇ ਦਰਸ਼ਨ ਕਰ ਰਹੀ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਿਵੇਂ ਪ੍ਰਵਾਨ ਚੜ੍ਹਦੀ ਹੈ।
ਕੀ ਕੁਛ ਹੋ ਰਿਹਾ ਆਓ ਜਰਾ ਧਿਆਨ ਨਾਲ ਸਰਵਣ ਕਰੀਏ ਉਸ ਵੇਲੇ ਦਾ ਵਾਤਾਵਰਨ ਗੜਗੱਜਦੇ ਅੱਜ ਤਾਂ ਬਈ ਕਮਿਸ਼ਨ ਜਥਾ ਹੀ ਕਹਿਣਾ ਪਊ ਢਾਡੀ ਜਥੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਨਗਰ ਗੋਂਦਵਾਲ ਵਿੱਚ ਧੰਨ ਗੁਰੂ ਅਮਰਦਾਸ ਦੀ ਨਗਰ ਗੋਂਦਵਾਲ ਵਿੱਚ ਧੰਨ ਗੁਰੂ ਅਮਰਦਾਸ ਦੀ ਬੈਠੇ ਦੇਵਤਿਆਂ ਦੇ ਵਾਂਗ ਸਮਾਧੀਆਂ ਲਾ ਕੇ ਉਹ ਬੈਠੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਕੇ ਉਹ ਨਗਰ ਗੋਂਦਵਾਲ ਵਿੱਚ ਧੰਨ ਗੁਰੂ ਅਮਰ ਨਗਰ ਗੋਂਦਵਾਲ ਵਿੱਚ ਧੰਨ ਗੁਰੂ ਅਮਰਦਾਸ ਦੀ ਬੈਠੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਕੇ ਉਹ ਬੈਠੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਕੇ ਉਹ ਕਿਰਤ ਹੋ ਰਿਹਾ ਸੀ ਤੁਰ ਕੀ ਬਾਣੀ ਆਈ ਦਾ ਕਿਰਤ ਹੋ ਰਿਹਾ ਸੀ ਤੁਰ ਕੀ ਬਾਣੀ ਆਈ ਦਾ ਸ਼ਬਦ ਮਲਾ ਕੇ ਉਹ ਰਾਗੀ ਰਾਗੀ ਅਲਾਪਣ ਸੁਰ ਨਾਲ ਸ਼ਬਦ ਮਲਾ ਕੇ ਹੋ ਮੰਤਰ ਮੁਗਧ ਸੁਰਤ ਸੁਣ ਸੁਣ ਝੂਮਦੇ ਹੋ ਮੰਤਰ ਮੁਗਧ ਸੁਰਤ ਸੁਣ ਸੁਣ ਝੂਮਦੇ ਬੈਠੇ ਦੇਵਤਿਆਂ ਦੇ ਵਾਂਗ ਸਮਾਧੀਆਂ ਲਾ ਕੇ ਉਹ ਬੈਠੇ ਅੰਮ੍ਰਿਤ ਨਾਮ ਦੀ ਤਪਦੇ ਹਿਰਦੇ ਠਾਰਨ ਹੋਮੇ ਮੈਲ ਗਵਾ ਕੇ ਉਹ ਤਪਦੇ ਹਿਰਦੇ ਠਾਰਨ ਹੋਮੇ ਮੈਲ ਗਵਾ ਕੇ ਦੂਰ ਦਰਾਡਿਓਂ ਆਈਆਂ ਸੰਗਤਾਂ ਦਰਸ਼ਨ ਪਿਆਸੀਆਂ ਦੂਰ ਦਰਾਡਿਓਂ ਆਈਆਂ ਸੰਗਤਾਂ ਦਰਸ਼ਨ ਪਿਆਸੀਆਂ ਦਰਸ਼ਨ ਪਿਆਸੀਆਂ ਮਨ ਦੀ ਪਿਆਸ ਬੁਝਾਵਣ ਗੁਰ ਦੇ ਦਰਸ਼ਨ ਪਾ ਗਈਆਂ ਮਨ ਦੀ ਪਿਆਸ ਬੁਝਾਵਣ ਗੁਰ ਦੇ ਦਰਸ਼ਨ ਪਾ ਕੇ ਉਹ ਮਨ ਦੀ ਪਿਆਸ ਬੁਝਾਵਣ ਗੁਰ ਦੇ ਦਰਸ਼ਨ ਪਾ ਕੇ ਸੰਗਤਾਂ ਆਈਆਂ ਤੇ ਵਾਰੀ ਵਾਰੀ ਸਭਨਾਂ ਨੇ ਪ੍ਰੇਮ ਭੇਟਾ ਰੱਖ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਕੇ ਜਦੋਂ ਆਪਣੇ ਆਪਣੇ ਅਸਥਾਨ ਗ੍ਰਹਿਣ ਕੀਤੇ
ਉਹਨਾਂ ਸੰਗਤਾਂ ਦੇ ਵਿੱਚ ਆ ਕੇ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਦਾਤੂ ਜੀ ਬਾਬਾ ਕਹਿਣਾ ਪਏਗਾ ਕਿਉਂਕਿ ਗੁਰੂ ਸਪੁੱਤਰ ਹੈ, ਪਰ ਅੰਦਰ ਬੜੀ ਵਿਰੋਧਤਾ ਤੇ ਕ੍ਰੋਧਤਾ ਹੈ। ਬਾਬਾ ਦਾਤੂ ਜੀ ਆ ਗਏ, ਚੱਲਦੇ ਚੱਲਦੇ ਸੰਗਤ ਵਿੱਚ ਦੀ ਉਹ ਵੀ ਸੰਗਤਾਂ ਨੇ ਵੇਖਿਆ ਵੀ ਨਤਮਸਤਕ ਹੋਣਗੇ ਪਰ ਆਪਣੇ ਸਾਥੀਆਂ ਸਮੇਤ ਪਹੁੰਚੇ। ਅੰਦਰ ਵਿਰੋਧ ਤੇ ਕ੍ਰੋਧ ਸੀ ਕਿ ਸਾਡੇ ਪਿਤਾ ਤੋਂ ਬਾਅਦ ਸੇਵਾ ਸਿਮਰਨ ਕਰਕੇ ਬੁੱਢਾ ਗੱਦੀ ਲੈ ਗਿਆ, ਆਉਂਦਿਆਂ ਸਾਰ ਉਸਨੇ ਕੱਢ ਕੇ ਲੱਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਾਰ ਦਿੱਤੀ। ਗੁਰਦੇਵ ਦੇ ਬੁੱਢੇ ਸਰੀਰ 'ਤੇ ਲੱਤ ਵੱਜਣ 'ਤੇ ਉਹ ਸੰਘਾਸਣ ਤੋਂ ਡਿੱਗ ਪਏ। ਇਤਿਹਾਸ ਇਹ ਗੱਲ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਵਿਰੋਧਤਾ ਨਹੀਂ ਕਰਦੇ, ਇੰਨੇ ਸ਼ਾਂਤ ਨੇ, ਛੇਤੀ ਨਾਲ ਉਸ ਬਾਬੇ ਦਾਤੂ ਦੇ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦੇ ਚਰਨ ਫੜ ਕੇ ਘੁੱਟਣ ਲੱਗ ਪਏ ਅਤੇ ਘੁੱਟਦਿਆਂ ਘੁੱਟਦਿਆਂ ਆਵਾਜ਼ ਦਿੰਦੇ ਨੇ, ਬਾਬਾ ਦਾਤੂ ਬੇਟਾ ਮੇਰਾ ਸਰੀਰ ਬਿਰਧ ਹੈ, ਤੁਹਾਡੇ ਕੋਮਲ ਚਰਨ ਨੇ ਕਿਤੇ ਸੱਟ 'ਤੇ ਨਹੀਂ ਲੱਗ ਗਈ? ਐਵੇਂ ਨਹੀਂ ਮੇਰੇ ਦਤਾਰ ਸੱਚੇ ਪਾਤਸ਼ਾਹ ਜੀ ਦੇ ਜੀਵਨ 'ਤੇ ਗੱਲ ਟੁੱਕਦੀ ਕਿ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਤਿਰਿਆਂ ਦੇ ਤਿਰ, ਨਿਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ। ਦਾਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੰਨੀ ਨਿਮਰਤਾ ਦੇ ਪੁੰਜ, ਸੰਗਤਾਂ ਦੇ ਮਨ ਭਰ ਗਏ, ਨੈਣ ਸਿੱਜਲ ਗਏ ਕਿ ਗੁਰੂ ਜੋਤ ਨਾਲ ਏਡਾ ਵੱਡਾ ਧੱਕਾ ਕੀਤਾ ਸੀ ਅਤੇ ਆਖਿਆ ਆ ਕੇ ਗੁਰੂ ਪੁੱਤਰ ਮੱਥਾ ਟੇਕੇਗਾ, ਬੜਾ ਮਾੜਾ ਕੰਮ ਹੋਇਆ। ਜਿਤਨੀ ਭੇਟਾ ਸੀ ਸੰਗਤ ਵੱਲੋਂ ਸਾਰੀ ਉਹਦੇ ਸਾਥੀਆਂ ਨੇ ਵਲੇਟ ਲਈ। ਗੁਰਦੇਵ ਨੂੰ ਬੋਲ ਕਬੋਲ ਬੋਲਦਾ ਹੋਇਆ ਬੜੀ ਇਗੜ ਦੇ ਨਾਲ ਦਰਬਾਰ ਵਿੱਚੋਂ ਤੁਰ ਪਿਆ। ਹੁਣ ਬਾਬਾ ਬੁੱਢਾ ਸਾਹਿਬ ਜੀ ਸੇਵਾ ਸਿਮਰਨ ਕਰਦੇ ਕਰਦੇ ਜਦੋਂ ਸੰਗਤਾਂ ਨੂੰ ਜੋੜ ਰਹੇ ਸੀ, ਇੱਧਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨਾਲ ਭਾਣਾ ਵਾਪਰਿਆ ਅਤੇ ਜਦੋਂ ਸੰਗਤਾਂ ਨੇ ਜਾ ਕੇ ਦੱਸਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਉਸੇ ਵੇਲੇ ਸੇਵਾ ਛੱਡ ਕੇ ਗੁਰਦੇਵ ਵੱਲ ਨੂੰ ਧਾਏ ਤਾਂ ਅੱਗੋਂ ਸੱਚੇ ਪਾਤਸ਼ਾਹ ਜੀ ਸੁਘਾਸਣ ਛੱਡ ਕੇ ਉੱਥੋਂ ਤੁਰ ਚੁੱਕੇ ਸਨ। ਇਤਿਹਾਸ ਇਹ ਗੱਲ ਕਹਿੰਦਾ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸੁਆਂਗ ਵਰਤਿਆ ਅਤੇ ਭਾਣੇ ਵਿੱਚ ਚੱਲਦੇ ਹੋਏ ਉੱਥੋਂ ਜਿਉਂ ਚੱਲੇ ਹੌਲੀ ਹੌਲੀ ਚੱਲਦੇ ਗੋਂਦਵਾਲ ਸਾਹਿਬ ਤੋਂ ਬਾਸਰ ਕੇ ਗਿੱਲਾਂ ਆ ਗਏ ਆਪਣੇ ਪਿੰਡ ਆ ਗਏ, ਆ ਕੇ ਗੁਪਤ ਵਾਸ ਕਰ ਲਿਆ ਕਿਉਂਕਿ ਸਮਾਂ ਇਹਨਾਂ ਨੇ ਬਹੁਤੇ ਵਿਸਥਾਰ ਵਿੱਚ ਜਾਈਏ ਵੀ ਕੇਵਲ ਦੋ ਚਾਰ ਮਿੰਟ ਦੀ ਕਵਿਤਾ ਕਹਿ ਕੇ ਖਿਮਾ ਦੇ ਜਾ ਚੁਕਾਉਣਾ ਸਮੇਂ ਵਿੱਚ ਰਹਿਣਾ ਸਾਡਾ ਫਰਜ਼ ਹੈ। ਗੁਪਤ ਵਾਸ ਹੋ ਗਏ, ਬਾਬਾ ਜੀ ਦੇ ਅੱਗੇ ਬਹਿਮਲ ਹੋ ਕੇ ਸੰਗਤਾਂ ਤਰਲੇ ਮਾਰਨ ਲੱਗ ਪਈਆਂ, ਬਾਬਾ ਜੀ ਸਤਿਗੁਰੂ ਜੀ ਕਿੱਥੇ ਨੇ, ਇੱਧਰ ਖੋਜੇ ਉੱਧਰ ਖੋਜੇ ਨਾ ਮਿਲੇ, ਮਨ ਬਹੁਤ ਹੀ ਬਹਿਮਲ ਹੋ ਗਿਆ। ਰਾਤ ਮਸਾਂ ਗੁਜ਼ਾਰੀ ਬਾਬਾ ਜੀ ਦੇ ਨਾਲ ਸੰਗਤਾਂ ਨੇ ਵਿਰਾਗ ਦੀਆਂ ਗੱਲਾਂ ਕਰ ਕਰਕੇ ਹੌਕੇ ਭਰ ਭਰ ਕੇ ਅੰਦਰੋਂ ਅਤੇ ਗੁਰੂ ਸਾਹਿਬ ਜੀ ਦੀ ਦਰਸ਼ਨਾਂ ਦੀ ਲੋਚਨਾ ਲੈ ਲੈ ਕੇ ਤਰਲੇ ਮਾਰੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹੌਸਲਾ ਕਰੋ, ਕਰਤਾਰ ਭਲੀ ਕਰੇਗਾ। ਸਤਿਗੁਰੂ ਜੀ ਅੱਗੇ ਪ੍ਰਾਰਥਨਾ ਬੇਨਤੀ ਜੋਦੜੀ ਕਰੀਏ, ਜੋ ਸਾਡਾ ਹੱਕ ਬਣਦਾ ਇੱਥੇ ਭਾਗਾਂ ਵਾਲਿਓ ਸਾਰਿਆਂ ਨੇ ਆਪਾਂ ਵੱਖੋ ਵੱਖ ਅਰਦਾਸਾਂ ਕੀਤੀਆਂ, ਆਪਣੇ ਆਪਣੇ ਮਨ ਤੋਂ ਕੁਝ ਮੰਗਿਆ ਹੋਵੇਗਾ, ਮੈਨੂੰ ਇੰਨਾ ਕੁ ਪਤਾ ਹੈ। ਅਸੀਂ ਰਜੋ ਸਤੋ ਤਮੋ ਤਿੰਨ ਗੁਣਾਂ ਨਾਲ ਜੁੜ ਜਾਂਦੇ ਹਾਂ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਤੰਦਰੁਸਤੀ, ਕੋਈ ਜਾਇਦਾਦ, ਕੋਈ ਮੁਕਦਮੇ ਤੋਂ ਬਚਦਾ, ਕੋਈ ਪਰਿਵਾਰ ਵਿੱਚ ਪਿਆਰ ਸੁਪਾਕ ਚਾਹੁੰਦਾ, ਕੋਈ ਫੋਰਨ ਕੰਟਰੀ ਦੀ ਅਰਦਾਸ ਕਰਦਾ, ਕੋਈ ਨਾਮ ਧਨ ਮੰਗਦਾ, ਕੋਈ ਸੰਗਤ ਦੀ ਰੰਗਤ ਮੰਗਦਾ, ਪਰ ਜਿਹੜੇ ਰੰਗ ਵਿੱਚ ਰੱਤੇ ਹੁੰਦੇ ਨੇ ਉਹ ਤਾਂ ਗੁਰੂ ਅੱਗੇ ਆ ਕੇ ਅਰਦਾਸ ਬੇਨਤੀ ਕਰਦੇ ਨੇ, ਪ੍ਰੇਮ ਭੇਟਾ ਰੱਖ ਕੇ ਕਿ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖਿਓ ਪ੍ਰਭੂ ਨਾਨਕ ਦੇ ਕਰ ਹੱਥ।
ਐਸੀ ਅਰਦਾਸ ਵਿੱਚ ਜਦੋਂ ਜੁੜ ਜਾਈਏ ਤੇ ਆਖਰ ਵਿੱਚ ਭਾਈ ਸਾਹਿਬ ਜੀ ਸਾਰੇ ਹੀ ਆਪਾਂ ਕਹਿੰਦੇ ਆ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਇਹ ਮੈਂ ਤਾਂ ਜਪਾਇਆ ਕਿ ਸਾਰੀਆਂ ਅਰਦਾਸਾਂ ਤੁਹਾਡੀਆਂ ਇਕੱਠੀਆਂ ਹੀ ਹੋ ਜਾਣ ਤੇ ਨਾਲੇ ਉਹ ਸੰਗਤ ਦੀ ਅਰਦਾਸ ਵੀ ਇਸ ਤਰ੍ਹਾਂ ਹੀ ਹੋ ਰਹੀ ਸੀ। ਹੁਣ ਬਾਬਾ ਜੀ ਕਹਿਣ ਲੱਗੇ ਅਰਦਾਸ ਹੋ ਗਈ ਹੈ, ਗੁਰੂ ਕਿਰਪਾ ਕਰਨਗੇ, ਸਤਿਗੁਰਾਂ ਦੀ ਸਵਾਰੀ ਲਿਆਓ ਸਵਾਰੀ। ਗੁਰੂ ਅਮਰਦਾਸ ਜੀ ਘੋੜੀ 'ਤੇ ਸਵਾਰ ਹੋਇਆ ਕਰਦੇ ਸੀ, ਉਹਨਾਂ ਦੀ ਘੋੜੀ ਸ਼ਿੰਗਾਰ ਕੇ ਲਿਆਂਦੀ ਗਈ। ਇਤਿਹਾਸ ਗਵਾਹ ਹੈ ਉਹਨਾਂ ਦੀ ਘੋੜੀ ਅਰਦਾਸ ਕਰਕੇ ਵਾਗਾ ਢਿੱਲੀਆਂ ਛੱਡ ਦਿੱਤੀਆਂ ਗਈਆਂ ਕਿ ਆਪਣੇ ਮਾਲਕ ਨੂੰ ਵਫਾਦਾਰ ਤੂੰ ਆਗਿਆਕਾਰ ਰਾਕੀ ਦੇ ਰੂਪ ਵਿੱਚ ਸਦਾ ਸੇਵਾ ਕਰਦੀ ਹੈ, ਚੱਲ ਭਾਈ ਗੁਰੂ ਦੀ ਖੋਜ ਕਰੀਏ। ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰੂ ਦੀ ਗੱਲ ਵੱਖਰੀ ਨਹੀਂ ਸੀ, ਇਕੱਠੀ ਸੀ, ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰੂ ਦੀ ਗੱਲ ਇੱਕੋ ਸੀ, ਪਰ ਸਾਨੂੰ ਤੁਹਾਨੂੰ ਦੱਸਣ ਵਾਸਤੇ ਇੱਕ ਬੜੀ ਸ਼ੁੱਧ ਗੱਲ ਕੀਤੀ। ਚੱਲਦੀ ਚੱਲਦੀ ਘੋੜੀ ਆ ਗਈ ਬਾਸਰ ਕੇ ਗਿੱਲਾ, ਜਦੋਂ ਆ ਕੇ ਘੋੜੀ ਨੇ ਉਸ ਕਮਰੇ ਅੱਗੇ ਮੱਥਾ ਟੇਕਿਆ, ਉੱਤੇ ਫੱਟੀ ਲੱਗੀ ਹੋਈ ਸੀ, ਜਿਹੜਾ ਦਰਵਾਜ਼ਾ ਖੋਲ੍ਹੇ ਉਹ ਸਾਡਾ ਸਿੱਖ ਨਹੀਂ ਅਤੇ ਅਸੀਂ ਉਹਦੇ ਗੁਰੂ ਨਹੀਂ। ਹੁਣ ਸੰਗਤਾਂ ਨੇ ਜੋੜੇ ਹੱਥ ਅਤੇ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਹੁਣ ਕੀ ਹੋਵੇਗਾ? ਜਿਹੜੀ ਗੱਲ ਸੰਗਤਾਂ ਨੇ ਕਹੀ ਉਹ ਬਾਬਾ ਬੁੱਢਾ ਸਾਹਿਬ ਜੀ ਸੁਣ ਰਹੇ ਨੇ ਅਤੇ ਗਲ ਵਿੱਚ ਪਾ ਲਿਆ ਪੱਲਾ। ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਆਓ ਜੀ ਸਮਰਪਿਤ ਸੇਵਾ ਨੂੰ ਹੋ ਕੇ ਅੱਖਾਂ ਮੁੰਦ ਕੇ ਗੁਰਦੇਵ ਦੇ ਚਰਨਾਂ 'ਚ ਬਾਬਾ ਬੁੱਢਾ ਸਾਹਿਬ ਜੀ ਖਲੋਤੇ ਅਤੇ ਸੰਗਤਾਂ ਵਾਰ ਵਾਰ ਜਿਹੜੀ ਗੱਲ ਪੁੱਛਦੀਆਂ ਨੇ ਐਂ ਗੜਗੱਜਦਾ ਢਾਡੀ ਜੱਥਾ ਕਹਿ ਰਹੇ ਨੇ। ਲਿਖਿਆ ਸੀ ਬੂਹੇ ਤੇ ਜੋ ਬੂਹਾ ਲਾਏਗਾ ਉਹ ਨਾ ਕਦੇ ਸਿੱਖ ਗੁਰੂ ਦਾ ਕਹਾਵੇਗਾ, ਜੀ ਉਹ ਨਾ ਕਦੇ ਸਿੱਖ ਗੁਰੂ ਦਾ ਕਹਾਵੇਗਾ। ਥਾਮਦਾ ਦੀਦਾਰ ਕਰੀਏ, ਥਾਮਦਾ ਦੀਦਾਰ ਕਰੀ।
ਵਿਚਾਰ ਬਾਬਾ ਬੁੱਢਾ ਸਾਹਿਬ ਜੀ ਦੇ ਅਰਦਾਸ ਕਰਦਿਆਂ ਕਰਦਿਆਂ ਕੰਨਾਂ ਵਿੱਚ ਪਏ। ਬਹੁਤ ਠੰਡੇ ਸੁਭਾਅ ਨਾਲ ਬੋਲ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਘਬਰਾਓ ਨਾ ਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦਿੱਤੀ ਹੈ। ਕੀ ਕੀਤੀ ਹੈ ਬਾਬਾ ਜੀ, ਛੇਤੀ ਦੱਸੋ। ਆਖਿਆ ਸਾਰੇ ਸਮਾਧੀ ਸਥਿਤ ਹੋ ਜਾਓ, ਬੈਠ ਜਾਓ, ਚੌਂਕੜੇ ਲਗਾ ਲਓ। ਸੰਗਤ ਸਾਰੀ ਬੈਠ ਗਈ। ਬਾਬਾ ਬੁੱਢਾ ਸਾਹਿਬ ਜੀ ਆਪ ਉਸ ਕਮਰੇ ਦੇ ਪਿਛਲੇ ਪਾਸੇ ਚਲੇ ਗਏ, ਪਿੱਛੋਂ ਦੀ ਜਾ ਕੇ ਉਸ ਕਮਰੇ ਨੂੰ ਸਨ ਲਗਾ ਲਈ ਔਰ ਬੰਦੇ ਦੇ ਪ੍ਰਵੇਸ਼ ਕਰਨ ਜੋਗਾ ਮੁੱਘ ਕਰਕੇ ਬਾਬਾ ਬੁੱਢਾ ਸਾਹਿਬ ਜੀ ਆਪ ਅੰਦਰ ਉਤਰ ਗਏ ਉਸ ਕਮਰੇ ਦੇ ਜਿੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਾਧੀ ਸਥਿਤ ਸਨ। ਜਦੋਂ ਅੰਦਰ ਚਲੇ ਗਏ, ਜਾ ਚਰਨਾਂ 'ਤੇ ਮੱਥਾ ਟੇਕਿਆ, ਗੁਰਦੇਵ ਸੱਚੇ ਪਾਤਸ਼ਾਹ ਜੀ ਨੈਣ ਖੋਲ੍ਹ ਕੇ ਕਹਿਣ ਲੱਗੇ, ਬਾਬਾ ਜੀ ਉਹ ਤੁਸਾਂ ਹੁਕਮ ਨਹੀਂ ਪੜ੍ਹਿਆ। ਆਖਿਆ ਬਾਬਾ ਜੀ ਹੁਕਮ ਪੜ੍ਹਿਆ, ਤੁਹਾਡੇ ਹੁਕਮ ਦੀ ਤਮੀਲ ਕੀਤੀ ਹੈ, ਤੁਹਾਡੇ ਹੁਕਮ ਦਾ ਬਿਲਕੁਲ ਅਸੀਂ ਪ੍ਰਯੋਗ ਸਹੀ ਕੀਤਾ ਹੈ, ਅਤੇ ਫਿਰ ਕਿੱਥੋਂ ਦੀ ਆਏ ਹੋ? ਆਖਿਆ ਜੀ ਤੁਹਾਡੀ ਕਿਰਪਾ ਦੇ ਨਾਲ ਆ ਪਿੱਛੋਂ ਸਨ ਲਾ ਕੇ ਆਏ ਆ। ਸੱਚੇ ਪਾਤਸ਼ਾਹ ਜੀ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਆਖਿਆ, ਬਾਬਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਵੱਡੀਆਂ ਬਰਕਤਾਂ ਦੇ ਕੇ ਸੰਗਤ ਦਾ ਅਗਵਾਨ ਬਣਾਇਆ ਅਤੇ ਸੰਗਤ ਵਾਸਤੇ ਹੁਣ ਦਰਵਾਜ਼ਾ ਲਾ ਦਿਓ, ਜਿਹੜਾ ਇਹ ਸਨ ਵਿੱਚ ਦੀ ਲੰਘੇਗਾ ਉਹਦੀ ਮੁਕਤੀ ਹੋ ਜਾਏਗੀ, 84 ਕੱਟੀ ਜਾਏਗੀ। ਗੱਜ ਕੇ ਆਖੋ ਸਾਹਿਬ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਹ ਸਨ ਸਾਹਿਬ ਗੁਰਦੁਆਰਾ ਅੱਜ ਸੁਸ਼ੋਭਿਤ ਹੈ, ਜਿੱਥੇ ਦਰਸ਼ਨ ਦੀਦਾਰੇ ਹੋਏ। ਇਸ ਤੋਂ ਬਾਅਦ ਮੇਰੇ ਦਾਤਾ ਜੀ ਗੁਰਤਾ ਗੱਦੀ 'ਤੇ ਸਭਾਇਮਾਨ ਹੋਏ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਵਿੱਚ ਕੀ ਪ੍ਰੇਮ ਵਰਤਾਇਆ। ਸਮਾਂ ਸਮਾਪਤ ਹੈ ਜੀ, ਇਸ ਤੋਂ ਅੱਗੇ ਨਹੀਂ ਜਾਂਦੇ। ਕਾਕਾ ਹਰਪ੍ਰੀਤ ਸਿੰਘ ਜੀ ਮੱਤੇਵਾਲ ਕਮਿਸ਼ਨਰ, ਬਹੁਤ ਵਧੀਆ, ਉਹ ਸਾਰੀ ਸੰਗਤ ਦੇ ਸਰਬੱਤ ਦੇ ਭਲੇ ਦੀ ਅਤੇ ਬਾਪੂ ਦੇ ਢਾਡੀ ਜਥੇ ਦੀ ਚੜ੍ਹਦੀ ਕਲਾ ਵਾਸਤੇ ਬੇਅੰਤ ਅਰਦਾਸ ਕਰਵਾਉਂਦੇ। 500 ਦਮੜਾ ਗੁਰੂ ਕੇ ਲਾਲ, ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਆਪਣੇ ਢਾਡੀ ਜਥੇ ਦੇ ਮਾਣ ਵਿੱਚ ਸਰਦਾਰ ਬਲਦੇਵ ਸਿੰਘ ਜੀ ਸਰਪੰਚ ਡੱਡੀਆਂ ਵਾਲੇ, ਉਹ 500 ਰੁਪਇਆ ਹੋਰ, 200 ਪਹਿਲਾਂ 500 ਹੋਰ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਮਾਣ ਕਰ ਗਏ ਨੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਿੱਤਾ ਹੋਇਆ ਟਾਈਮ। ਬਹੁਤ ਸੁਹਾਣਾ, ਬੜੀ ਚੜ੍ਹਦੀ ਕਲਾ ਦਾ ਸਾਡੇ ਤੋਂ ਬਾਅਦ ਜਥਾ ਆ ਰਿਹਾ। ਤੁਸੀਂ ਸਾਰਿਆਂ ਸੰਗਤਾਂ ਨੇ ਇਸੇ ਤਰ੍ਹਾਂ ਸਭਾਇਮਾਨ ਹੋ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਮੈਂ ਕਮਲਜੀਤ ਸਿੰਘ ਜੀ ਹੋਣਾ ਦਾ, ਬਾਬਾ ਦੀਦਾਰ ਸਿੰਘ ਜੀ ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦੀ ਹਾਂ ਜੀ। ਇੱਕ ਬੀਬੀ ਜੀ ਬੜੀ ਨਿਮਰਤਾ ਨਾਲ ਭਤੀਜੇ ਦੀ ਦਾਤ ਮੰਗਦੇ ਨੇ, ਸੱਚੇ ਪਾਤਸ਼ਾਹ ਲੰਬੀ ਉਮਰ ਵਾਲਾ ਭਤੀਜਾ ਬਖਸ਼ਣ, ਕਿਰਪਾ ਕਰਨ ਦਾਤਾ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਜੀ, ਭੁੱਲਾਂ ਚੁੱਕਾਂ ਦੀ ਮਾਫ਼ੀ, ਉਹਨਾਂ ਦੀ ਸੇਵਾ ਸਿਮਰ ਨੂੰ ਸਮਰਪਿਤ ਹੋਏ ਹੋ। ਤੁਹਾਡਾ ਆਪਣਾ ਢਾਡੀ ਅਤੇ ਕਮਿਸ਼ਨ ਜਥਾ, ਭੁੱਲਾਂ ਬੜੀਆਂ ਹੋ ਜਾਂਦੀਆਂ ਨੇ, ਟਾਈਮ ਦੇ ਮੁਤਾਬਕ ਚੱਲਦਿਆਂ ਜੋ ਕੁਛ ਕਿਹਾ ਗਿਆ ਪ੍ਰਮਾਣ ਕਰਿਓ। ਗੁਰੂ ਦੀ ਕਿਰਪਾ ਦੇ ਪਾਤਰ ਬਣਨਾ, ਕਿਰਤ ਕਰਦਿਆਂ ਨਹੀਂ ਥੱਕੀਦਾ, ਕੀਰਤਨ ਵੀ ਕਰਨਾ, ਕੀਰਤਨ ਵੀ, ਕੀਰਤਨ ਸਾਜਾਂ ਨਾਲ ਹੀ ਨਹੀਂ, ਦੋ ਵੇਲੇ ਨਿਤਨੇਮ ਹੈ, ਕਰ ਲਈਏ, ਆਤਮਾ ਨੂੰ ਲਾ ਲਈਏ ਨਾਮ ਦਾ ਰੰਗ, ਅਤੇ ਜਦੋਂ ਰੰਗੇ ਗਏ ਆਤਮਾ ਦੇ ਵਿੱਚ ਰੰਗ ਨਾਲ, ਫਿਰ ਇੱਕ ਦਿਨ ਨਾਮ ਦੇ ਬੇੜੇ 'ਤੇ ਚੜ੍ਹ ਜਾਈਏ, ਸਹਿਤ ਪਰਿਵਾਰ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਜਦੋਂ ਇੱਕ ਦੂਜੇ ਨੂੰ ਮਿਲੋ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।